पंजाब सरकार युवाओं को रोजगार मुहैया कराने की दिशा में आगे बढ़ता हुआ दिखाई दे रहा है। सीएम पंजाब भगवंत मान ने आज चंडीगढ़ स्थित म्युनिसिपल भवन में स्कूल शिक्षा विभाग में भर्ती नवनियुक्त कर्मचारियों को नियुक्ति पत्र दिए। उन्होंने कुल 219 क्लर्कों को नियुक्ति पत्र दिए, इनमें लाइब्रेरियन, चौकीदार समेत अन्य शामिल हैं। इस मौके पर मान ने कहा कि खुशी की बात है कि युवाओं को नियुक्ति पत्र देने का आंकड़ा 27,042 हो गया है। आज 219 जड़े क्लरिकल जॉब दे विच क्लर्कां दी नियुक्ति पत्र ने, 26 जड़े ने कंपैशनेट ग्राउंड ते तरस दे आधार ते जड़ियां नौकरियां ने उहदे विच लाइब्रेरियन भी ने, साइंस मिस्ट्रेस भी है, चौकीदार भी ने, 26 ਜਿਹੜੇ ਨੇ ਉਹ ਅੱਜ ਨਿਯੁਕਤੀ ਪੱਤਰ ਇੱਥੋਂ ਲੈ ਕੇ ਜਾਣਗੇ। ਅਤੇ ਅੱਜ ਹੋਰ ਵੀ ਇਸ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡਾ ਜਿਹੜਾ ਅੰਕੜਾ ਨਿਯੁਕਤੀ ਪੱਤਰ ਦੇਣ ਦਾ ਉਹ 27,000 ਨੂੰ ਟੱਪ ਗਿਆ, 27,042 ਹੋ ਗਿਆ ਅੱਜ। ਸਤਾਈ ਹਜ਼ਾਰ ਬਿਆਲੀ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਦੇ ਵੱਖ ਵੱਖ ਮਹਿਕਮਿਆਂ ਦੇ ਵਿੱਚ ਕੰਮ ਕਰ ਰਹੇ ਨੇ, ਆਪਣੇ ਆਫਿਸ ਜਾ ਰਹੇ ਨੇ। ਇਹੀ ਸਾਡਾ ਵਾਅਦਾ ਸੀ, ਸੁਪਨਾ ਸੀ ਅਤੇ ਗਰੰਟੀ ਸੀ। ਜਿਸ ਵੇਲੇ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਅਸੀਂ ਪੂਰੀ ਟੀਮ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰ ਰਹੀ ਸੀ, ਤੁਸੀਂ ਵੀ ਕਿਤੇ ਨਾ ਕਿਤੇ ਕਿਸੇ ਰੋਡ ਸ਼ੋਅ 'ਚ ਜਾਂ ਕਿਸੇ ਰੈਲੀ ਦੇ ਵਿੱਚ ਸਾਨੂੰ ਦੇਖਿਆ ਜਾਂ ਸੁਣਿਆ ਹੋਊਗਾ, ਤਾਂ ਅਸੀਂ ਸਭ ਤੋਂ ਪਹਿਲਾਂ ਇਹ ਕਹਿੰਦੇ ਸੀ ਕਿ ਸਭ ਤੋਂ ਪਹਿਲਾਂ ਕੰਮ ਹੈ ਰੋਜ਼ਗਾਰ ਦੇਣਾ ਨੌਜਵਾਨਾਂ ਨੂੰ, ਕਿਉਂਕਿ ਬੇਰੁਜ਼ਗਾਰੀ ਕਈ ਬਿਮਾਰੀਆਂ ਦੀ ਜੜ੍ਹ ਆ। ਰੋਜ਼ਗਾਰ ਮਿਲ ਜੇ ਤਾਂ ਘਰੇ ਤਾਂ ਖੁਸ਼ੀ ਹੁੰਦੀ ਹੈ, ਕਬੀਲਦਾਰੀ ਤਾਂ ਲੀਹ 'ਤੇ ਚੜ੍ਹਦੀ ਚੜ੍ਹਦੀ ਹੈ, ਹੋਰ ਜਿਹੜੀਆਂ ਆਲੇ ਦੁਆਲੇ ਵਾਲੀਆਂ ਜਿਹੜੀਆਂ ਅਲਾਮਤਾਂ ਉਹਨਾਂ ਤੋਂ ਖਹਿੜਾ ਛੁੱਟ ਜਾਂਦਾ। ਤੁਸੀਂ ਕਦੇ ਕਿਸੇ ਦੋਸਤ ਤੋਂ, ਤੁਹਾਡਾ ਕੋਈ ਦੋਸਤ ਜਾਂ ਕੋਈ ਰਿਸ਼ਤੇਦਾਰੀ 'ਚ ਕੋਈ ਇਹੋ ਜਿਹੇ ਬੰਦੇ ਨੂੰ ਜਾਣਦੇ ਹੋ ਜਿਹੜਾ ਨੌਕਰੀ ਵੀ ਕਰਦਾ ਹੋਵੇ ਅਤੇ ਡਰੱਗ ਵੀ ਲੈਂਦਾ ਹੋਵੇ? ਇਹ ਹੋ ਹੀ ਨਹੀਂ ਸਕਦਾ ਜੀ, ਕਿਉਂਕਿ ਉਹਦਾ ਕੋਈ ਟਾਈਮ ਹੀ ਨਹੀਂ ਹੁੰਦਾ ਜੀ। ਉਹ ਆਪਣੀ ਜੋਬ ਤੋਂ ਆਉਂਦਾ, ਆ ਕੇ ਬੱਚਿਆਂ ਨਾਲ, ਪਰਿਵਾਰ ਨਾਲ ਨਹਾ ਧੋ ਕੇ ਰੋਟੀ ਖਾ ਕੇ ਸੌਂ ਜਾਂਦਾ, ਅਗਲੇ ਦਿਨ ਫਿਰ ਕੰਮ 'ਤੇ ਜਾਂਦਾ। ਇਹ ਸ਼ੁਰੂ ਕਿੱਥੋਂ ਹੁੰਦਾ? ਜਿਹੜਾ ਡਰੱਗਸ ਦਾ ਜਾਂ ਹੋਰ ਗਲਤ ਬੁਰੀ ਸੰਗਤ 'ਚ ਪੈਣ ਦਾ ਕੰਮ, ਪੰਜਾਬੀ ਦੀ ਕਹਾਵਤ ਹੈ, ਵਿਹਲਾ ਮਨ ਸ਼ੈਤਾਨੀ ਦਾ ਘਰ। ਜਦੋਂ ਉਹ ਵਿਹਲਾ ਹੁੰਦਾ, ਵਿਹਲੇ ਦੇ ਨਾਲ ਨਾਲ ਉਹ ਫਰਸਟ੍ਰੇਟਡ ਵੀ ਹੈ ਕਿ ਅੱਖਾਂ ਗਾਲ ਲੀਆਂ ਯਾਰ, ਕਿਤਾਬਾਂ ਪੜ੍ਹ ਪੜ੍ਹ ਕੇ, ਪੇਪਰ ਦੇ ਦੇ ਕੇ, ਕੁਛ ਬਣਿਆ ਨਹੀਂ ਜ਼ਿੰਦਗੀ 'ਚ। ਤਾਂ ਉਹਦੇ ਆਲੇ ਦੁਆਲੇ ਹੀ ਅਵੇਲੇਬਲ ਨੇ ਬੁਰੀ ਸੰਗਤ ਵਾਲੇ, ਉਹਨਾਂ ਨੂੰ ਇਹੋ ਜਿਹੇ ਗਾਹਕ ਚਾਹੀਦੇ ਹੁੰਦੇ ਆ। ਉਹ ਕਹਿੰਦਾ ਛੱਡ, ਕੁਛ ਨਹੀਂ ਹੁੰਦਾ, ਤੂੰ ਆਹ ਦੇਖ, ਤੂੰ ਥੋੜ੍ਹਾ ਜਿਹਾ ਚੈੱਕ ਕਰਕੇ, ਉੱਥੋਂ ਬਸ ਸ਼ੁਰੂਆਤ ਹੋ ਜਾਂਦੀ ਹੈ। ਫਿਰ ਉਹ ਐਸਾ ਦਲ ਦਲ ਦੇ ਵਿੱਚ ਧੱਸਦਾ ਜਾਂਦਾ ਕਿ ਉਹ ਚੋਰੀਆਂ ਤੋਂ ਬਾਅਦ ਫਿਰ ਇੱਥੋਂ ਤੱਕ ਕਿ ਮਾਂ ਪਿਓ ਦੇ ਕਤਲਾਂ ਤੱਕ ਵੀ ਗੱਲ ਚਲੀ ਜਾਂਦੀ। ਜੜ੍ਹ ਬੇਰੁਜ਼ਗਾਰੀ। ਸੋ ਅਸੀਂ ਜੜ੍ਹ ਨੂੰ ਹੱਥ ਪਾਇਆ ਪਹਿਲਾਂ ਕਿ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਲੈਪਟੋਪ, ਕੰਪਿਊਟਰ, ਆਈਪੈਡ, ਨੌਕਰੀਆਂ ਦੇ ਨਿਯੁਕਤੀ ਪੱਤਰ ਅਤੇ ਇੰਟਰਨੈਸ਼ਨਲ ਖੇਡ ਮੁਕਾਬਲਿਆਂ ਦੇ ਸੋਨੇ ਦੇ ਮੈਡਲ ਅਤੇ ਚਾਂਦੀ ਦੇ ਮੈਡਲ ਚਾਹੀਦੇ ਆ।
ਉਹਨਾਂ ਦੇ ਹੱਥਾਂ 'ਚੋਂ ਟੀਕੇ ਖੋ ਕੇ ਟਿਫਨ ਫੜਾਈਏ, ਅਕਸਰ ਮੈਂ ਕਹਿੰਦਾ ਹੁੰਦਾ ਸੀ। ਅਤੇ ਅੱਜ ਤੁਹਾਡੇ ਪਰਿਵਾਰਾਂ ਦੇ ਸੁਪਨੇ ਪੂਰੇ ਹੋ ਰਹੇ ਨੇ, ਬਹੁਤ ਸਾਰੇ ਘਰਾਂ ਦੇ ਵਿੱਚ ਪਹਿਲੀ ਵਾਰ ਨੌਕਰੀ ਮਿਲ ਰਹੀ ਹੈ ਔਰ ਮੈਰਿਟ ਦੇ ਆਧਾਰ 'ਤੇ ਮਿਲ ਰਹੀ ਹੈ। ਕੋਈ ਕਿਸੇ ਕੋਲ ਜਾਣਾ ਤਾਂ ਨਹੀਂ ਪਿਆ ਜੀ, ਕੋਈ MLA ਲੱਭ ਕੇ ਜਾਂ ਕਿਸੇ ਮਾਮੇ ਫੁੱਫੜ ਨੂੰ ਕਹਿ ਕੇ ਕਿਤੇ ਕੋਈ ਜੁਗਾੜ ਜੁਗੂੜ ਤਾਂ ਨਹੀਂ ਕਰਨਾ ਪਿਆ ਨਾ, ਕੋਈ ਪੈਸੇ ਕਿਸੇ ਨੂੰ ਦੇ ਕੇ ਵੀ ਕਰਾ ਦੇ ਕੰਮ ਨਹੀਂ ਕਰਨਾ ਪਿਆ ਨਾ, ਦੱਸ ਦਿਓ ਜੇ ਹੈਗਾ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ TV ਔਰ ਬੈਲ ਆਈਕਨ ਦਬਾਨਾ ਨਾ ਭੁੱਲੇ।